ਇੱਕ ਉੱਚੀ ਸੁੱਚੀ ਅਤੇ ਇਮਾਨਦਾਰ ਸ਼ਖਸੀਅਤ ਦੇ ਮਾਲਕ, ਦੀਨ ਦੁਖੀਆਂ ਦੀ ਸੇਵਾ ਕਰਨ ਵਾਲੇ, ਵਿਸ਼ਵ ਪ੍ਰਸਿੱਧ ਸੰਪਰਦਾਇ ਲੋਪੋ ਦਾ ਸ਼ਰਦਾਵਾਸ ਜਥੇਦਾਰ ਵਿਕਰ ਸਿੰਘ, ਜੋ ਕਿ ਸੰਗਤ ਦਰਬਾਰ ਸੰਪਰਦਾਇ ਲੋਪੋ ਤਖਤਪੁਰਾ ਸਾਹਿਬ ਵਿਖੇ ਬਹੁਤ ਸੇਵਾ ਕਰਦੇ ਸਨ, ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅੰਦਰ ਗੁਰਦੁਆਰਾ ਸਾਹਿਬ ਧੁਰਕੋਟ ਰਣਸੀਵ ਵਿਖੇ ਪਾਇਆ ਗਿਆ। ਇਸ ਮੌਕੇ ਸੰਗਤਾਂ ਗੁਰੂ ਸਾਹਿਬ ਅੱਗੇ ਨਤਮਸਤਕ ਹੋਈਆਂ। ਰਾਗੀ ਜਥਿਆਂ ਵੱਲੋਂ ਵਿਰਾਗਮਈ ਕੀਰਤਨ ਵੀ ਕੀਤਾ ਗਿਆ।
ਕ੍ਰਿਸ਼ਨ ਭਗਵਾਨ ਕਹਿੰਦੇ ਜਿਹੜੇ ਮੈਨੂੰ ਯਾਦ ਕਰਦੇ ਆ ਉਹ
ਸਾਡਾ ਫਰਜ਼ ਹੈ ਜਿਹੜੇ ਲੋਕ ਮੈਨੂੰ ਸਿਮਰਦੇ ਮੈਨੂੰ ਯਾਦ ਕਰਦੇ ਆ, ਜਦੋਂ ਅਸੀਂ ਗੁਰੂ ਦੇ ਅਕਾਲ ਵਿਸ਼ੇਖ ਸੇਵਾਦਾਰ ਸਵਾਮੀ ਜਗਜੀਤ ਸਿੰਘ ਜੀ ਲੋਕੋ ਵਾਲੇ ਮਹਾਂਪੁਰਖਾਂ ਦਾ ਪ੍ਰਧਾਨ ਹੈ, ਉਹ ਕਹਿੰਦੇ ਭਾਈ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗ ਗਿਆ, ਗੁਰਬਾਣੀ ਦਾ ਅਮਲ ਕਰ ਗਿਆ, ਸੇਵਾ ਵਿੱਚ ਜੀਵਨ ਬਤੀਤ ਕਰ ਗਿਆ, ਜਿਵੇਂ ਸਰਦਾਰ ਬਕਰ ਸਿੰਘ ਹੋਣਾ ਨੇ ਸਾਰੀ ਉਮਰ ਵੱਡੇ ਸਵਾਮੀ ਜੀ ਤੋਂ ਲੈ ਕੇ ਹੁਣ ਤੱਕ ਸੇਵਾ ਨਿਭਾਈ ਹੈ, ਸਾਰਾ ਜੀਵਨ ਉੱਤੇ ਦੇ ਕੇ ਲਾਇਆ, ਇਹੋ ਜਿਹੇ ਲੋਕ ਉਹਨਾਂ ਦੇ ਬੇੜੇ ਹਰ ਹੋ ਤੇ ਰਹਿ ਗਿਆ ਮਾਨਿਆ
ਲੋਕੋ ਵਾਲੇ ਆਪ ਪੁਰਖਾਂ ਦੇ ਬੇਟੇ ਬਾਈ ਗੁਰਮੀਤ ਸਿੰਘ ਜੀ ਕਿੰਨ ਸਾਹਿਬ ਸੰਪਰਦਾਇ ਲੋਕ ਸੰਗਤ ਜਿਹਦੇ ਨਾਲ ਬੇਟਿਆਂ ਨੇ ਪ੍ਰਾਪਤ ਕੀਤੇ ਹੈ ਸਰਦਾਰ ਗੁਰਮੀਤ ਸਿੰਘ ਹੋਣਾ ਦੇ ਬੇਟਿਆਂ ਨੇ ਔਰ ਜਿਹੜੀ ਇੱਕ ਦਸਤਾਰ ਦੀ ਬਖਸ਼ਿਸ਼ ਹੈ ਇਹ ਨਾਮ ਸਤਿ ਅਸੀਂ ਸਾਰੀ ਸੰਗਤ ਨੂੰ ਸਵਾਮੀ ਜੀ ਵੱਲੋਂ ਸਟੇਜ ਵੱਲੋਂ ਬਾਈ ਗੁਰਮੀਤ ਸਿੰਘ ਗਿੱਲ ਸਾਹਿਬ ਵੱਲੋਂ ਪਰਿਵਾਰ ਵੱਲੋਂ ਸਭ ਕੁਝ ਨੂੰ ਆਖਦੇ ਹਾਂ ਧੰਨਵਾਦ ਕਰਦੇ ਹਾਂ ਇਹਨਾਂ ਸ਼ਬਦਾਂ ਨਾਲ ਜੋ ਅਗਲਾ ਸਮਾਂ ਹੈ ਉਸ ਗਿੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਭਗਤਾਂ ਨੂੰ ਸਾਖੀ ਸੁਣਾਇਆ ਮੇਰੇ ਘਰੇ ਨਾ ਜਾਣਾ ਕਿਉਂਕਿ ਮੈਨੂੰ ਥੋੜ੍ਹਾ ਜਿਹਾ ਗਰਮ ਸੀ ਉਹ ਘਰੇ ਨਹੀਂ ਸੀ ਜਾਂਦਾ ਅਤੇ ਸਿੱਧਾ ਆਪਣੀ ਗੇਟ ਚੱਲਦੀ ਸੀ ਉੱਥੇ ਇੰਨੇ ਖਿਲਾ ਕੇ ਵਿਸ਼ਰਾਮ ਕਰਕੇ ਉਹਨੇ ਨਾਮ ਬਣਿਆ ਸੀ ਜਿੰਨੇ ਵੀ ਉਹਦੇ ਵਿੱਚ ਦੋ ਭਾਈਚਾਰ ਹੋਵੇ ਉਹ ਆਪਣੇ ਸਰੀਰ ਦੇ ਨਾਲ ਦੁਨੀਆਂ ਵਿੱਚ ਆਪਣੇ ਗੁਰੂ ਨਾਰਦੀ ਗਏ ਔਰ ਉਸ ਤੋਂ ਬਾਅਦ ਵੱਧ ਗਏ ਸੀ ਸਵਾਮੀ ਵੀਰ ਸਿੰਘ ਜੀ ਮਹਾਰਾਜ ਉਹਨਾਂ ਦਾ ਅੰਗੀਠਾ ਸਾਹਿਬ ਬਣਿਆ ਅਤੇ ਸਾਰੇ ਅੰਗੀਠਾ ਸਾਹਿਬ ਦੀ ਸੇਵਾ ਉਹਨਾਂ ਨੇ ਆਪ ਕਰਵਾਈ ਔਰ ਸਰਦਾਰ ਗੁਰਮੀਤ ਸਿੰਘ ਜੀ ਗੁਰਦੁਆਰੇ ਵਿੱਚ ਆਏ ਅਤੇ ਸਰਦਾਰ ਬਿਕਰਮ ਸਿੰਘ ਜੀ ਅਤੇ ਸਰਦਾਰ ਅਜੈਤ ਸਿੰਘ ਜੀ ਭਗਤੀ ਵਾਲੇ ਸਰਦਾਰ ਨਰੇਕ ਸਿੰਘ ਦੇ ਬਾਬੇ ਦੇ ਪੁੱਤਰ ਹੈ ਉਹ ਜੋ ਆਪਣੇ ਸੇਮ ਦੇ ਵਿੱਚ ਤਰਾਈ ਨਾਸੀ ਮਹਾਰਾਜ ਸੋਸੀ ਲੋਕੋ ਵਾਲੇ ਨੇ ਉਹ ਸੇਮ ਨੂੰ ਸੜਕ ਬਣਾਉਣ ਲੱਗੇ ਅਤੇ ਉਹ ਥੱਲੇ ਇੱਟਾਂ ਦਿੰਦੇ ਸੀ ਜਿਹੜੇ ਵੀ ਉਹ ਇਸ ਤਰ੍ਹਾਂ ਹੈ ਕਿ ਦਰਬਾਰ ਸੰਗਤ ਲੋਕੋ ਵਾਲੀ ਉਹਦੇ ਵਾਸਤੇ ਔਰ ਸ਼ਮਸ਼ਾਨ ਘਾਟ ਵਾਸਤੇ ਔਰ ਅੰਦਰਲਾ ਗੁਰਦੁਆਰਾ ਸਾਹਿਬ ਵਾਸਤੇ ਧੰਨਵਾਦ ਕਰਦਾ।